हाँ जी भीर जी, सारा भीर जी, संदीप डे फैन थोड़ा बहुत बहुत वेलकम है जी। भीर जी, अज अपनी विजिट हैगी आ बस्ती मुहम्म शाह, तहसील जिला फिरोजपुर पैंदा जी। तो इन्हें भीर बाइया आप अगर वीडियो बनाई थी, आप चलो किसी दिक्कत पर पशु नहीं विके, तो अज भी इन्हें को उही पशु आ, तो नाल कोई दुध वाली मशीन है, तो जनरेटर भी नाल सेल आ बाइया का। तो आओ हूँ बाई जी ने गलबात करिए कि प्राइस की है, तो की मिल्क रिकॉर्ड आ। उस तो पहले भीर जी रिक्वेस्ट करें तो पहलों कि चॉइस करो, पास कर लैके जाओ, पूरी तसल्ली नहीं खरीदो। बार बार भीर जी यही बेनती कर दें थोड़े अगर कि चॉइस जरूर करो, नाले वीडियो बात शेयर कर दिया करो, फिर अगर भी कहीं भीर का फायदा हो सके। हम आप बाई जी ने गलबात करिए। बाई जी, सत श्री अकाल जी। सत श्री अकाल जी संदीप वीर। सत श्री अकाल जी। होर बाई जी ठीक है? ठीक ठाक संदीप वीर, साढ़े को पहुंचन से तुम जी आखते हैं। ਧੰਨਵਾਦ ਭਾਜੀ। ਇਹ ਟੰਗ ਪਸ਼ੂ ਹੈਗੇ ਨੇ ਆਪਣੇ ਕੋਲੇ ਵਕਾਊ। ਹਾਂਜੀ ਹਾਂਜੀ। ਆਪਾਂ ਕੋਈ ਵਪਾਰ ਨਹੀਂ ਕਰਦੇ, ਆਪਦੇ ਘਰ ਦੇ ਨੇ ਆਪਾਂ, ਮਤਲਬ ਕਿ ਮੱਝਾਂ ਦਾ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਫਾਰਮ ਜਿਹਾ ਬੰਦ ਕਰਤਾ। ਹਾਂਜੀ ਹਾਂਜੀ। ਇਸ ਕਰਕੇ ਆਪਾਂ 4 ਦਿਨ ਹੋ ਗਏ, ਉਧਰ ਵੀ ਵੀਡੀਓ ਪਾਈ ਸੀ, ਉਹੀ ਪਸ਼ੂ ਨੇ। ਅੱਛਾ ਠੀਕ ਹੈ ਜੀ। ਤੇ ਇਹ ਗਾਵਾਂ ਦੋਵੇਂ ਵੇਗੀਆਂ ਸੀ ਕਿਤੇ ਵੀਰ ਭਰਾ ਨੇ ਲੱਡੀਆਂ ਸੀ। ਹਾਂਜੀ ਹਾਂਜੀ। ਤੇ ਜਦੋਂ ਵੀਡੀਓ ਪਈ ਹੈ ਤੇ ਉਹਨਾਂ ਨੇ ਅੱਧੇ ਘੰਟੇ ਬਾਅਦ ਹੀ ਮੈਨੂੰ ਸਾਈ ਪਾ ਦੀ 500 ਰੁਪਇਆ ਦੋਵਾਂ ਦੀ। ਹਾਂਜੀ ਹਾਂਜੀ। ਜਦੋਂ ਸਾਈ ਪਾ ਦੀ ਫਿਰ ਮੈਂ ਸਰ ਨੂੰ ਜਵਾਬ ਦਿੱਤੀ ਆ, ਮੈਂ ਜਵਾਬ ਦੇਣਾ ਹੀ, ਮੈਂ ਵੀ ਮੈਂ ਤਾਂ ਸਾਈ ਪਾ ਲਈਏ ਖਾਤੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਉਹਨਾਂ ਬੰਦਿਆਂ ਨੇ ਫੋਨ ਨਹੀਂ ਚੱਕਿਆਗਾ, 2 ਦਿਨ ਮੈਨੂੰ ਡਿੱਗਦਾ ਰਿਹਾ, ਤੀਜੇ ਦਿਨ ਬਾਅਦ ਵੀ ਕਹਿੰਦਾ ਰਹਿੰਦਾ ਫੋਨ ਨਹੀਂ ਚੱਕਿਆਗਾ। ਹਾਂਜੀ। ਫਿਰ ਇਸ ਕਰਕੇ ਉਹਨਾਂ ਨੇ 500 ਰੁਪਇਆ ਪਾ ਕੇ ਮੈਨੂੰ ਵੀ ਰੋਕਤਾ, ਨਾ ਮੈਂ ਡੰਗਰ ਗਾਂ ਦੇਣ ਜੋਗਾ ਰਹਿਣ ਲਈ ਝਾਕ ਦੇ ਵਿੱਚ। ਬਿਲਕੁਲ ਜੀ, ਬਿਲਕੁਲ ਬਿਲਕੁਲ ਗਲਤ ਹੈ ਜੀ ਕੰਮ। ਫਿਰ ਇਸ ਕਰਕੇ ਇਹ ਉਹੀ ਡੰਗਰ ਨੇ ਦੁਬਾਰਾ ਫਿਰ ਆਪਾਂ ਵਿਖਾਉਣ ਲੱਗੇ। ਚਲੋ ਮੱਝ ਵੇਗੀ ਸੀ ਫਿਰ ਜੀ। ਹਾਂ ਮੱਝ ਵੇਗੀ ਸੀ ਤੇ ਚਲੋ ਇਹ ਸਾਈ 500 ਰੁਪਇਆ ਦੋਂ ਦੀ ਪਾ ਕੇ ਤੇ ਮੁੜ ਕੇ ਅਗਲੇ ਨੇ ਫੋਨ ਨਹੀਂ ਚੱਕਿਆਗਾ। ਨਹੀਂ ਚਲੋ ਗਲਤ ਗੱਲ ਹੈ ਜੀ ਆਪਣੇ ਕੋਲ ਨੇ। ਚਲੋ ਕਰੀ ਸ਼ੁਰੂ ਬਾਜੀ, ਫਿਰ ਦੱਸੋ ਜੀ, ਦੱਸੋ ਇਹਦੇ ਬਾਰੇ। ਇਹ ਸੂਆ ਬਾਜੀ, ਇਹ ਸੂਆ ਪਹਿਲਾ ਪਹਿਲਾ ਸੂਆ ਸੂਈ ਆ ਨਾ ਜੀ। ਹਾਂ ਪਹਿਲਾ ਸੂਆ ਸੂਈ ਏ। ਹਾਂਜੀ। ਇਹਨੂੰ ਅੱਜ ਤਕਰੀਬਨ 14 ਦਿਨ ਹੋ ਗਏ ਸੂਈ ਨੂੰ। ਅੱਛਾ ਜੀ। ਅੱਗੇ ਆਪਾਂ ਜਦੋਂ 24 ਤਰੀਕ ਨੂੰ ਵੀਡੀਓ ਪਾਈ ਉਦੋਂ ਇਹਦੇ ਬੱਚਾ ਮਗਰੇਗਾ। ਠੀਕ ਆ। ਹੁਣ ਇਹਦਾ ਬੱਚਾ ਮਰ ਚੁੱਕਿਆ। ਬੱਚਾ ਮਰ ਗਿਆ। ਠੀਕ ਆ। ਪਹਿਲੇ ਤੇ ਚਲਦੀ ਪੀਏ ਤੇ ਇਸ ਵੇਲੇ ਇਹਦਾ ਜਿਹੜਾ ਦੁੱਧ ਏ 8 ਕਿਲੋ ਏ। 8 ਕਿਲੋ ਦਿਨੇ ਰਾਤ ਦਾ। ਠੀਕ ਆ। ਦੋ ਟਾਈਮਾਂ ਦਾ 8 ਕਿਲੋ ਆ ਪਏ ਸਰਕਾਰੀ ਸੀਮਨ ਦੀ ਏ। ਹਾਂਜੀ। ਤੇ ਜਿਹੜਾ ਟੀਕਾ ਭਰਾ ਇਹਨੂੰ ਬੱਚਾ ਮਰ ਗਿਆ ਉਹ ਡੈਨਮਾਰਕ ਦਾ ਭਰਾ ਹੈ। ਅੱਛਾ ਜੀ। ਇਸ ਵੇਲੇ 8 ਕਿਲੋ ਸਵੇਰੇ ਸ਼ਾਮ ਦਾ ਦੁੱਧ ਹੈਗਾ। ਬਾਜੀ ਖੋਲੋ ਜੀ, ਦਿਖਾਈਏ ਜੀ। ਆ ਦੇਖੋ ਜੀ, ਵੈਰ ਸੋਹਣੀ ਹੈ ਜੀ। ਚਲੋ ਮੇਰਾ ਵੀਰ ਐਂ ਨਾ ਕਰਿਆ ਕਰੋ, ਜੇ ਕਿਸੇ ਨੇ ਵੀਰ ਲੈਣੀ ਹੋਈ ਤਾਂ ਲੈ ਕੇ ਜ਼ਰੂਰ ਜਾਇਆ ਕਰੋ, ਠੀਕ ਹੈ ਨਾ ਜੀ? ਬਾਅਦ ਫਿਰ ਦਿੱਕਤ ਆਉਂਦੀ ਹੈ ਗਾਂ ਪਰ ਪਸ਼ੂ ਅਗਲੇ ਉਵੇਂ ਖੜ ਜਾਂਦਾ। ਆ ਦੇਖੋ ਸੋਹਣੀ ਵੈਰ ਹੈ ਜੀ, ਚੁਆਪ ਸਮਾਂ ਵਧੀਆ ਬਾਈ ਜੀ। ਬਿਲਕੁਲ ਓਕੇ, ਸਾਡੀ ਗਰੰਟੀ ਜੀ। ਬੱਠੀ ਆ ਜਾਓ ਆ ਜਾਓ, ਘਰ ਦਾ ਜੰਪਲ ਹੈ ਨਾ ਬਾਈ ਜੀ ਇਹਦਾ? ਘਰ ਦੇ ਜੰਪਲ ਬੱਚਾ ਪਾ ਲਿਆ ਜੀ ਆਪਾਂ। ਆ ਦੇਖੋ ਜੀ, ਠੀਕ ਹੈ, ਲੈ ਇੱਧਰ ਕਰ ਲਓ, ਕਰ ਦਿਓ ਤਰ। ਆ ਦੇਖੋ ਕਰਦੇਗਾ, ਕਰੋ ਜੀ ਮਣ ਕਰ ਲਓ। ਬਸ ਠੀਕ ਆ। ਹਾਂਜੀ, ਇਹਦਾ ਰੇਟ ਹੈਗਾ ਜੀ 20,000 ਰੁਪਇਆ। 20,000 ਰੁਪਇਆ ਉਹਦੇ ਚ ਮਾਨ ਕਰਦੇ ਆ। ਚਲੋ ਠੀਕ ਆ, ਇਹਦੇ ਬਾਰੇ ਦੱਸੋ ਜੀ। ਇਹ ਤੀਜਾ ਸੂਆ ਸੁਣੀ ਹੈ ਜੀ। ਹਾਂਜੀ। ਤੇ ਇਹਨੂੰ 4016 ਡੈਨਮਾਰਕ ਦਾ ਟੀਕਾ ਲਵਾਇਆ ਸੀ। ਠੀਕ ਆ। ਤੇ ਇਸ ਵੇਲੇ 6 ਮਹੀਨੇ ਤੋਂ ਕੋਈ 8-10 ਦਿਨ ਉੱਪਰ ਹੈ ਗੱਭਣ। ਅੱਛਾ, 6 ਮਹੀਨੇ ਉੱਪਰ ਹੈ। ਠੀਕ ਆ। 6 ਮਹੀਨੇ ਤੋਂ 8-10 ਦਿਨ ਉੱਪਰ ਹੈ ਗੱਭਣ। ਤੇ ਕਿੰਨੇ ਦੁੱਧ ਲਈ ਹੈ ਜੀ ਇਹ? ਇਹ ਦੁੱਧ ਜਦੋਂ ਮਤਲਬ ਕਿ ਤਾਜੀ ਸੂਬੇ ਹੈਗੀ, ਦੂਜੇ ਸੂਬੇ ਸਾਡੇ ਕੋਲੇ 22 ਲੀਟਰ ਦਿੰਦੀ ਰਹੀ। 22 ਕਿਲੋ। ਹਾਂ ਠੀਕ ਆ, 22 ਕਿਲੋ ਦਿੰਦੀ ਰਹੀ ਦੁੱਧ। ਚਲੋ ਇਹ ਵੀ ਖੋਲੋ ਬਾਜੀ, ਫਿਰ ਹੁਣ ਡਰਾਈ ਕੀਤੀ ਪੈਣਾ ਜੀ। ਹਾਂ ਦੁੱਧ ਹੁਣ ਦੁੱਧ ਡਰਾਈ ਹੈ ਜੀ, ਦੇਖ ਲਓ ਬਾਨਾ ਬੋਨਾ। ਆ ਦੇਖੋ ਚੈੱਕ ਕਰੋ ਜੀ, ਆ ਵੱਡੀ ਵੈੜ ਪੂਰੀ ਜੀ। ਆ ਵੇਖੋ, ਦਿਖਾ ਲਓ ਮਾੜਾ, ਫਿਰ ਸਕੂਲ ਕੁਆਲਿਟੀ ਵਿਖਾ ਲਓ ਜੀ। ਇਹ ਆ ਦੇਖੋ, ਤੋਰ 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 ਲਓ, ਦੇਖੇ ਜੀ। ਠੀਕ ਆ, ਲੈ ਚਲੋ ਉੱਥੇ ਜੀ। ਆ ਦੇਖੋ ਜੀ, ਦੇਖੋ ਤੇ ਬਾਜੀ ਫਿਰ ਇਹਦੀ ਕੀਮਤ ਆ? ਇਹਦਾ ਰੇਟ ਸੰਦੀਪ ਵੀਰ ਆਪਾਂ 35,000 ਰੁਪਇਆ। 35,000 ਰੁਪਇਆ, ਬਾਕੀ ਉਹਦੇ ਜੋ ਮਾਨ ਕਰ ਮਾਨ ਕਰਦਾ। ਚਲੋ ਆ ਜਾਓ ਇੱਧਰ, ਕੱਟੇ ਨਾ ਪਾਸੇ ਆ ਜਾਓ। ਇਹ ਕਿੰਨੇ ਟਾਈਮ ਦੀ ਹੋ ਗਈ ਬਾਈ ਜੀ ਇਹ? ਇਹ ਕੱਟੀ ਹੈਗੀ ਹੈ ਕੋਈ 14 ਮਹੀਨੇ ਦੀ। ਠੀਕ ਹੈ, ਕਿਹੜੇ ਮਾਲੀ ਦੀ ਜੀ ਇਹ? ਅਲਬਖਸ਼ ਦੀ। ਅਲਬਖਸ਼ ਦੀ ਆ। ਹਾਂ ਠੀਕ ਆ। ਇਹਦਾ ਜਿਹੜਾ ਮੁੱਲ ਹੈਗਾ ਇਹ ਆਪਾਂ ਇਹਦਾ ਰੱਖਿਆ ਇਸ ਵੇਲੇ 14,000 ਰੁਪਇਆ। 14,000 ਰੁਪਇਆ ਉਹਦੇ ਜੋ ਮਾਨ ਕਰ ਦਿਆਂਗੇ, ਜੋ ਉਹਦੇ ਮਾਨ ਕਰ ਦੇਣਗੇ। ਤੇ ਦੇਖੋ ਜੀ, ਚਲੋ ਇਹ ਵੀ ਮਾੜਾ ਖੋਲ ਲਓ ਜੀ, ਦਿਖਾ ਦਿਓ। ਆ ਦੇਖੋ ਸੋਹਣੀ ਕੱਟੀ ਹੈ ਜੀ, ਨੀਲੀ ਦੀ ਆ। ਦੇਖੋ ਜੀ, ਤੋਰ ਲਓ ਮਾੜਾ ਜੀ ਇਹਨੂੰ ਵੀ। ਆ ਸਾਰੇ ਨਿਸ਼ਾਨੀਆਂ ਸੂਲ ਸਾਲ ਦੇ, ਸਾਰੇ ਨਿਸ਼ਾਨੀ ਏ ਟੂ ਜ਼ੈਡ। ਆ ਜਾਓ ਲਿਆਓ ਜੀ। ਤੇ ਬਾਈ ਜੀ ਫਿਰ ਇਹਦੀ ਕਿੰਨੇ ਮੁੱਲ ਕਿਹਾ? 14,000 ਰੁਪਇਆ ਜੀ। 14,000 ਰੁਪਇਆ। ਚਲੋ ਠੀਕ ਆ। ਤੇ ਇੱਕ ਆੜੀ ਚਿੱਟੀ ਜੀ। ਹਾਂ ਇਹ ਚਿੱਟੀ ਜੀ। ਅੱਛਾ, ਇਹ 10 ਮਹੀਨੇ ਦੀ ਹੈਗੀ। 10 ਮਹੀਨੇ ਦੀ। ਹਾਂ 10 ਮਹੀਨੇ ਦੀ ਹੈਗੀ ਤੇ
ਇਹ ਬਿਲਕੁਲ ਵਾਈਟ ਹੈ ਠੀਕ ਆ ਇਹ ਚਿੱਟਾ ਰੰਗ ਹੈ ਗੁਲਾਬੀ ਚਮੜੀ ਬਿਲਕੁਲ ਵਾਈਟ ਚਿੱਟਾ ਰੰਗ ਹੈ ਨਾ ਅੱਛਾ ਜੀ ਠੀਕ ਹੈ ਜੀ ਹਾਂ ਤੇ ਇਹ 10 ਕੁ ਮਹੀਨੇ ਦੀ ਹੈਗੀ ਹੈ ਤੇ ਇਹਦਾ ਮੁੱਲ ਆਪਾਂ 15000 ਰੁਪਇਆ 15000 ਰੁਪਇਆ 15000 ਰੁਪਇਆ ਲੈਣਾ ਠੀਕ ਆ ਸੁੱਖਿਆ ਇਹ ਵੀ ਖੋਲੋ ਜੀ ਹਾਂ ਆ ਦੇਖੋ ਜੀ ਇਹ ਵੀ ਘਰ ਦਾ ਜੰਪ ਵਾਲੇ ਵੀ ਲੈ ਕੇ ਆਂਦੇ ਸੀ ਭਾਜੀ ਇਹ ਕੋ ਬੰਦਾ ਮੇਰਾ ਸੱਜਣ ਸੀ ਭਰਾ ਵਾਲਾ ਬਣਿਆ ਸੀ ਵਿਆਜ ਲੈ ਹੁਣ ਉਹ ਤੋਂ ਲੈ ਕੇ ਆਂਦੇ ਅੱਛਾ ਜੀ ਠੀਕ ਆ ਮੱਝ ਸੂਈ ਸੀ ਤੇ ਉਹਨੇ ਹਲੇ 14 15 ਕਿਲੋ ਦੁੱਧ ਸੀ ਫਿਰ ਮੁੰਡੇ ਤੋਂ ਉਹ ਬੱਚੇ ਲੈ ਰਹੇ ਤੇ ਠੀਕ ਠੀਕ ਆ ਭਾਜੀ ਠੀਕ ਆ ਕਿੰਨੇ ਲਈ ਸੀ ਭਾਜੀ ਉਦੋਂ 3 ਮਹੀਨੇ ਦਾ ਬੱਚਾ ਜੋ ਕ ਲੈ ਕੇ ਆਇਆ ਅੱਛਾ ਉਦੋਂ ਹੈ ਜੀ ਠੀਕ 3 ਮਹੀਨੇ ਦਾ ਬੱਚਾ ਚਲੋ ਬਾ ਲੈ ਚਲੋ ਉੱਥੇ ਲੈ ਚਲੋ ਇਹ 15000 ਦੇ ਦੋਗੇ ਹਾਂ ਛੋੜ ਛੜ ਕਰਦੇ ਚਲੋ ਕਰਦੇ ਚਲੋ ਇਹ ਜੀ ਇਹ ਕਿਹੜੇ ਮਾਲ ਦੀ ਹੈ ਜੀ ਇਹ ਵੀ ਬਖਸ਼ਦੀ ਅੱਛਾ ਇਹ ਵੀ ਅਲਬਖਸ਼ ਦੀ ਆ ਠੀਕ ਆ ਤੇ ਇਹਦੀ ਉਮਰ ਹੈਗੀ ਹੈ 11 ਮਹੀਨੇ ਹਾਂ ਜੀ ਤੇ ਇਹ ਦੇ ਦਿਆਂਗਾ 9000 ਦੀ 9000 ਰੁਪਏ ਹਾਂ 9000 ਚਲੋ ਇਹ ਵੀ ਖੋਲੋ ਮਾੜਾ ਜੀ ਤੇ ਦੇਖੋ ਜੀ ਇਹ ਵੀ ਅਲਬਖਸ਼ ਦੀ ਆ ਸੋਹਣੀਆਂ ਕੱਟੀਆਂ ਦੋਵੇਂ ਆ ਦੇਖੋ ਜੀ ਬਸ ਠੀਕ ਆ ਬਸ ਆ ਜਾਓ ਭਾਜੀ ਆ ਜਾਓ ਆ ਜਾਓ ਇੱਕ ਦੋ ਤੇ ਫਿਰ ਚਵਾਈ ਵਾਲੀ ਮਸ਼ੀਨ ਹੈ ਜੀ ਹਾਂ ਦੁੱਧ ਚਵਾਈ ਚਲੋ ਆ ਜਾਓ ਵੇਖ ਲਿਓ ਜੀ ਉਹ ਵੀ ਆਲੀ ਹੈ ਜੀ ਹਾਂ ਦੁੱਧ ਚਵਾਈ ਮਸ਼ੀਨ ਠੀਕ ਹੈ ਤੇ ਭਾਜੀ ਇਹ ਕਿੰਨੇ ਲੀਟਰ ਵਾਲਾ ਡਰਮ ਹੈ ਜੀ ਇਹ ਡਰਮ 25 ਲੀਟਰ ਵਾਲਾ 25 ਲੀਟਰ ਵਾਲਾ ਠੀਕ ਆ ਇਹ ਕਹਿੰਦੇ ਡਰਮ ਛੋਟਾ ਹੁੰਦਾ ਇੱਕ ਇਹਦੇ ਚ ਵੱਡਾ ਹੁੰਦਾ ਇਹ ਵੱਡਾ ਅੱਛਾ ਇਹ ਵੱਡਾ ਹੈ ਜੀ ਹਾਂ ਤੇ ਜੇ ਦੋ ਮਾਡਲ ਹੁੰਦੇ ਇੱਕ ਦਾ ਡਰਮ ਛੋਟਾ ਹੁੰਦਾ ਇੱਕ ਵੱਡਾ ਹੁੰਦਾ ਵੱਡਾ ਡਰਮ ਲਿਆ ਸੀ ਵੱਡਾ ਲਿਆ ਹੈ ਬਿਲਕੁਲ ਚੱਲਦੀ ਸਹੀ ਸਲਾਮਤ ਬਿਲਕੁਲ ਆਪਾਂ ਤੁਹਾਨੂੰ ਫਾਰਮ ਬੰਦ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਆਪਣੇ ਦਾ ਕਿਸੇ ਕੰਮ ਨਹੀਂ ਠੀਕ ਆ ਹਾਂ ਤੇ ਇਹ ਵੀ ਬਕਾਊ ਇਹ ਵੀ ਬਕਾਊ ਇਹ ਚੱਲਦੀ ਆਪਣੀ ਪਸ਼ੂਆਂ ਦੀ ਵੀ ਜ਼ਿੰਮੇਵਾਰੀ ਇਹਦੀ ਵੀ ਆਪਣੀ ਜ਼ਿੰਮੇਵਾਰੀ ਓਕੇ ਆ ਬਿਲਕੁਲ ਚੱਲਦੀ ਤੇ ਭਾਜੀ ਫਿਰ ਇਹਦੀ ਕੀਮਤ ਆ ਇਹਦਾ ਮੁੱਲ ਆਪਾਂ ਲੈ ਲਾਂਗੇ 28000 ਰੁਪਏ 28000 ਰੁਪਏ 28000 ਰੁਪਏ ਚਲੋ ਬਾਕੀ ਮਾਨਤਾਂ ਕਰ ਦਿਆਂਗੇ ਕਰ ਦਿਓ ਮਾਨ ਦੇਖੋ ਇਹ ਨਵੀਂ ਪਈ ਹੈ ਬਿਲਕੁਲ ਮਸ਼ੀਨ ਜੀ ਆ ਦੇਖੋ ਚਲੋ ਭਾਈ ਪਸ਼ੂ ਵੀ ਕੋਈ ਬਾਲੇ ਨਹੀਂ ਸੀ 2-4 ਪਸ਼ੂ ਸੀ ਚਲੋ ਹੁਣ ਉਹ ਵੀ ਬੰਦ ਕਰੀ ਜਾਂਦੇ ਸਾਰੇ ਉਵੇਂ ਪਈ ਹੈ ਮਸ਼ੀਨ ਦੇਖੋ 28000 ਜਮਾਨਤ ਕਰ ਦੋਗੇ ਤੋ ਇਸ ਤੋਂ ਇਲਾਵਾ ਜੀ ਹੋਰ ਇੱਕ ਆਪਣੇ ਕੋਲੇ ਜਨਰੇਟਰ ਹੈਗਾ ਛੋਟਾ ਉਹ ਕਿੱਥੇ ਪਿਆ ਜੀ ਉਹ ਅੰਦਰ ਪਿਆ ਹੈ ਵਿਖਾਲ ਵੇਖ ਲਈ ਜੋ ਵੀ ਅੱਛਾ ਆ ਜਨਰੇਟਰ ਹੈ ਜੀ ਹਾਂਜੀ ਇਹ ਆਪਣੇ ਕੋਲੇ ਜਨਰੇਟਰ ਹੈ ਹਾਂਜੀ ਇਹ ਪੂਰਾ ਜਿਹੜਾ ਦਾ ਅਲਟਰਨੇਟਰ ਇਹ 5 ਕਿਲੋ ਵਾਟ ਦਾ ਤਾਂਬੇ ਦਾ ਕੋਕ ਤਾਂਬੇ ਦਾ ਮਤਲਬ ਅੱਛਾ ਠੀਕ ਆ ਪਿਓਰ ਤਾਂਬਾ ਹਾਂ ਵਧੀਆ ਹੀ ਆਪ ਇਹ ਬਣਾਇਆ ਇਹ ਮਤਲਬ ਕੀ ਸਾਈਡ ਤੇ ਹਾਂਜੀ ਹਾਂਜੀ ਤੇ ਆ ਜਿਹੜਾ ਇੰਜਣ ਇਹ ਪੀਟਰ ਇੰਜਣ ਲੱਗਾ ਅੱਛਾ ਪੀਟਰ ਇਹ ਫੀਲਡ ਮਾਰਸ਼ਲ ਬਠਿੰਡੇ ਵਾਲੇ ਸੀ ਉਹਨਾਂ ਦੀ ਕੰਪਨੀ ਤੋਂ ਲੈਂਦਾ ਸੀ ਬਠਿੰਡੇ ਲੈਂਦਾ ਸੀ ਫੀਲਡ ਮਾਰਸ਼ਲ ਵਾਲੇ ਦੇ ਫੀਲਡ ਮਾਰਸ਼ਲ ਵਾਲੇ ਹਾਂ ਇਹ ਜਨਰੇਟਰ ਤੇ ਇਹ ਇੰਜਣ ਇਹ ਤੋਂ ਇਹ ਸੈੱਟ ਬੈਲਟਾਂ ਦੇ ਕੀਤਾ ਹੈ ਬੈਲਟ ਇਹ ਵੀ ਫਿਰ ਮੱਝਾ ਕਰਕੇ ਚਲਾਈਦਾ ਇਹ ਵੀ ਹੁਣ ਬਕਾਊ ਹੈ ਆਪਾਂ ਕੰਮ ਹੀ ਬੰਦ ਕਰਤਾ ਜਦੋਂ ਤੇ ਬਜੀ ਫਿਰ ਇਹਦੀ ਕੀਮਤ ਹੈ ਇਹਦੀ ਕੀਮਤ ਆਪਾਂ ਲੈ ਲਾਂਗੇ 25000 ਰੁਪਏ 25000 ਰੁਪਏ ਹਾਂ ਬਿਲਕੁਲ ਓਕੇ ਹੈ ਮੇਰੀ ਗਾਰੰਟੀ ਚੱਲਦਾ ਸਹੀ ਹੈ ਚਲੋ ਠੀਕ ਆ ਆਪਾਂ ਫਾਰਮ ਬੰਦ ਕਰਦਾ ਤਾਂ ਕਰਕੇ ਬਸ ਠੀਕ ਹੈ ਜੀ ਦੇਖੋ ਜੀ ਆ ਜਨਰੇਟਰ ਉਹ ਇਹ ਵੀ ਉਵੇਂ ਪਿਆ ਵਾ ਚਲੋ ਫਾਰਮ ਹੀ ਬੰਦ ਕਰਤਾ ਬਾਈ ਨਾਲ ਤੁਹਾਨੂੰ ਪਤਾ ਇਹ ਵੀ ਹੁਣ ਕੀ ਲੋੜ ਘਰ ਸੇ ਪਏ ਹੈਗਾ ਤੇ ਇਸ ਤੋਂ ਇਲਾਵਾ ਬਾਜੀ ਬਾਜੀ ਚਲੋ ਆ ਜਾ ਬਸ ਸਤਿ ਸ੍ਰੀ ਅਕਾਲ ਜੀ ਹੈ ਤੇ ਦੇਖੋ ਜੀ ਆ ਬਾਈ ਉਹ ਆ ਚੀਜ਼ਾਂ ਬਾਈ ਪਸ਼ੂ ਆ ਤੇ ਨਾਲ ਜਿਹੜਾ ਸਮਾਨ ਆ ਚਵਾਈ ਵਾਲੀ ਮਸ਼ੀਨ ਆ ਤੇ ਜਨਰੇਟਰ ਆ ਚੈੱਕ ਕਰਕੇ ਲੈ ਕੇ ਜਾਇਆ ਜਾਣਾ ਭਾਈ ਜੀ ਆਰਾ ਪੂਰੇ ਤਸੱਲੀ ਨਾਲ ਕਰਕੇ ਆਪਾਂ ਹਾਂਜੀ ਤਸੱਲੀ ਕਰਕੇ ਲੈ ਕੇ ਜਾਓ ਬਿਲਕੁਲ ਜੀ ਚਲੋ ਭਾਈ ਜੀ ਨੰਬਰ ਆਪਣਾ ਨੰਬਰ ਹੈਗਾ ਜੀ 6293 ਜੀ ਹਾਂਜੀ 20192 ਠੀਕ ਆ 6293 ਜੀ 20192 ਠੀਕ ਹੈ ਜੀ ਚਲੋ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ